मुकेरियां दे पिंड धर्मपुर दे खेतां विचों मिले बंब नूं नकारा करन लई मुकेरियां पुलिस अते बीडीएस दी टीम बंब लैके सुरक्षित स्थान ते रवाना होई। जानकारी दिंदे थाना मुकेरियां दे इंचार्ज जुगेंद्र सिंह अते बीडीएस दी टीम इंचार्ज ने दस्सिया कि इह बंब 1971 दी भारत पाकिस्तान जंग समय दा है, जिस नूं पाकिस्तान दे एयरफोर्स वल्लों इस स्थान ते सुट्टिया गया सी, जो कि अज वी जिउंदा है। इस लई पुलिस बीडीएफ अते फौजी बंब प्रिवेंशन स्क्वाड दी मदद दे नाल इस बंब दी बारीकी नाल जांच करन तों बाद इस नूं सुरक्षित निर्धारित स्थान ते लिजाया जाएगा, जिथे हवाई सेना दे बंब निरोधक दस्ते दी मदद नाल इस नूं नकारा कीता जाएगा। इस मौके ते बोलदे आ कि कुछ कहा ओ चर्चा करदे आ सांचा। 6 तरीक नूं सानूं धर्मपुरे पिंड दे खेतां दे विच एक एयरफोर्स दा शैल मिलिया सीगा जी। उस तो बाद साडी जिहड़ी प्रपोजल आ सीनियर अफसरां नाल तालमेल करके होम तो मंजूरियां लैके ते साडी जिहड़ी स्टेट लैवल दी टीम अज पहुंची हुई आ जी। ਇਹਨਾਂ ਨਾਲ ਰਾਬਤਾ ਕਾਇਮ ਕੀਤਾ, ਏਅਰਫੋਰਸ ਦੀਆਂ ਟੀਮਾਂ ਵੀ ਆਈਆਂ ਹੋਈਆਂ ਜੀ। ਇਹਨਾਂ ਨਾਲ ਰਾਬਤਾ ਕਾਇਮ ਕਰਕੇ ਅਸੀਂ ਇਹਨੂੰ ਲੋਡ ਕਰ ਲਿਆ ਗੱਡੀ ਦੇ ਵਿੱਚ। ਇਹਨੂੰ ਜਿਹੜੀ ਫਿਕਸ ਕੀਤੀ ਹੋਈ ਜਗ੍ਹਾ ਉੱਥੇ ਜਾ ਕੇ ਇਹਨੂੰ ਡਿਸਟ੍ਰਾਏ ਕਰ ਰਹੇ ਹਾਂ ਜੀ। ਸਾਡੀ ਏਅਰਫੋਰਸ ਦੀ ਟੀਮ ਦੇ ਉੱਥੇ ਪਹੁੰਚ ਜਾਣੀ। ਸਰ ਇਹ ਜਿਹੜਾ ਸ਼ੈਲ ਸੀਗਾ 71 ਵਾਰ ਦਾ ਸੀਗਾ, ਇੱਕ ਕਾਫੀ ਟਾਈਮ ਤੋਂ ਇੱਥੇ ਪਿਆ ਸੀਗਾ। ਵੈਸੇ ਪੈਨਿਕ ਵਾਲੀ ਕੋਈ ਗੱਲ ਨਹੀਂ ਸੀਗੀ, ਇਹ ਸੇਫ ਸੀਗਾ। ਵੱਡੀ ਟੀਮ ਵੱਲੋਂ ਆ ਕੇ ਇਹਨੂੰ ਸਟੇਟ ਲੈਵਲ ਦੀ ਸਾਡੀ BDS ਟੀਮ ਹੈਗੀ ਹੈ, ਅਸੀਂ ਇਹਨੂੰ ਸੇਫਲੀ ਇੱਥੋਂ ਪਿੱਕ ਕਰਕੇ ਅਤੇ ਡਿਸਪੋਜ਼ਲ ਵਾਲੀ ਜਗ੍ਹਾ 'ਤੇ ਲੈ ਜਾਵਾਂਗੇ। ਬਾਕੀ ਹੈਂਡ ਓਵਰ 'ਤੇ ਸਾਡੇ ਨਾਲ ਜੁਆਇੰਟ ਟੀਮ ਵਰਕ ਕਰ ਰਹੀਆਂ ਹੈਗੀਆਂ ਨੇ ਏਅਰਫੋਰਸਿਸ ਦੀਆਂ, ਅਤੇ ਉਹ ਇਹਨੂੰ ਅੱਗੇ ਸੇਫਲੀ ਇਹਦਾ ਨਿਊਟਰਲਾਈਜ਼ ਕਰ ਦੇਣਗੀਆਂ। ਮੁਕੇਰੀਆਂ ਦੇ ਪਿੰਡ ਧਰਮਪੁਰ ਦੇ ਖੇਤਾਂ ਵਿੱਚੋਂ ਮਿਲੇ ਬੰਬ ਨੂੰ ਨਕਾਰਾ ਕਰਨ ਲਈ ਮੁਕੇਰੀਆਂ ਪੁਲਿਸ ਅਤੇ BDS ਦੀ ਟੀਮ ਬੰਬ ਲੈ ਕੇ ਸੁਰੱਖਿਅਤ ਸਥਾਨ ਤੇ ਰਵਾਨਾ ਹੋਈ। ਜਾਣਕਾਰੀ ਦਿੰਦੇ ਥਾਣਾ ਮੁਕੇਰੀਆਂ ਦੇ ਇੰਚਾਰਜ ਜੁਗਿੰਦਰ ਸਿੰਘ ਅਤੇ BDS ਦੀ ਟੀਮ ਇੰਚਾਰਜ ਨੇ ਦੱਸਿਆ ਕਿ ਇਹ ਬੰਬ 1971 ਦੀ ਭਾਰਤ ਪਾਕਿਸਤਾਨ ਜੰਗ ਸਮੇਂ ਦਾ ਹੈ, ਜਿਸ ਨੂੰ ਪਾਕਿਸਤਾਨ ਦੇ ਏਅਰਫੋਰਸ ਵੱਲੋਂ ਇਸ ਸਥਾਨ ਤੇ ਸੁੱਟਿਆ ਗਿਆ ਸੀ, ਜੋ ਕਿ ਅੱਜ ਵੀ ਜਿਉਂਦਾ ਹੈ। ਇਸ ਲਈ ਪੁਲਿਸ BDF ਅਤੇ ਫੌਜੀ ਬੰਬ ਪ੍ਰੀਵੈਂਸ਼ਨ ਸਕੁਐਡ ਦੀ ਮਦਦ ਦੇ ਨਾਲ ਇਸ ਬੰਬ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਇਸ ਨੂੰ ਸੁਰੱਖਿਅਤ ਨਿਰਧਾਰਿਤ ਸਥਾਨ ਤੇ ਲਿਜਾਇਆ ਜਾਏਗਾ, ਜਿੱਥੇ ਹਵਾਈ ਸੈਨਾ ਦੇ ਬੰਬ ਨਿਰੋਧਕ ਦਸਤੇ ਦੀ ਮਦਦ ਨਾਲ ਇਸ ਨੂੰ ਨਕਾਰਾ ਕੀਤਾ ਜਾਏਗਾ। ਇਸ ਮੌਕੇ ਤੇ ਬੋਲਦੇ ਆ ਕਿ ਕੁਝ ਕਿਹਾ ਉਹ ਚਰਚਾ ਕਰਦੇ ਆ ਸਾਂਚਾ। 6 ਤਰੀਕ ਨੂੰ ਸਾਨੂੰ ਧਰਮਪੁਰੇ ਪਿੰਡ ਦੇ ਖੇਤਾਂ ਦੇ ਵਿੱਚ ਇੱਕ ਏਅਰਫੋਰਸ ਦਾ ਸ਼ੈੱਲ ਮਿਲਿਆ ਸੀਗਾ ਜੀ। ਉਸ ਤੋਂ ਬਾਅਦ ਸਾਡੀ ਜਿਹੜੀ ਪ੍ਰਪੋਜ਼ਲ ਆ ਸੀਨੀਅਰ ਅਫਸਰਾਂ ਨਾਲ ਤਾਲਮੇਲ ਕਰਕੇ ਹੋਮ ਤੋਂ ਮਨਜ਼ੂਰੀਆਂ ਲੈ ਕੇ ਅਤੇ ਸਾਡੀ ਜਿਹੜੀ ਸਟੇਟ ਲੈਵਲ ਦੀ ਟੀਮ ਅੱਜ ਪਹੁੰਚੀ ਹੋਈ ਆ ਜੀ। ਇਹਨਾਂ ਨਾਲ ਰਾਬਤਾ ਕਾਇਮ ਕੀਤਾ, ਏਅਰਫੋਰਸ ਦੀਆਂ ਟੀਮਾਂ ਵੀ ਆਈਆਂ ਹੋਈਆਂ ਜੀ। ਇਹਨਾਂ ਨਾਲ ਰਾਬਤਾ ਕਾਇਮ ਕਰਕੇ ਅਸੀਂ ਇਹਨੂੰ ਲੋਡ ਕਰ ਲਿਆ ਗੱਡੀ ਦੇ ਵਿੱਚ। ਇਹਨੂੰ ਜਿਹੜੀ ਫਿਕਸ ਕੀਤੀ ਹੋਈ ਜਗ੍ਹਾ ਉੱਥੇ ਜਾ ਕੇ ਇਹਨੂੰ ਡਿਸਟ੍ਰਾਏ ਕਰ ਰਹੇ ਹਾਂ ਜੀ। ਸਾਡੀ ਏਅਰਫੋਰਸ ਦੀ ਟੀਮ ਦੇ ਉੱਥੇ ਪਹੁੰਚ ਜਾਣੀ। ਸਰ ਇਹ ਜਿਹੜਾ ਸ਼ੈੱਲ ਸੀਗਾ 71 ਵਾਰ ਦਾ ਸੀਗਾ, ਇੱਕ ਕਾਫੀ ਟਾਈਮ ਤੋਂ ਇੱਥੇ ਪਿਆ ਸੀਗਾ। ਵੈਸੇ ਪੈਨਿਕ ਵਾਲੀ ਕੋਈ ਗੱਲ ਨਹੀਂ ਸੀਗੀ, ਇਹ ਸੇਫ ਸੀਗਾ। ਵੱਡੀ ਟੀਮ ਵੱਲੋਂ ਆ ਕੇ ਇਹਨੂੰ ਸਟੇਟ ਲੈਵਲ ਦੀ ਸਾਡੀ BDS ਟੀਮ ਹੈਗੀ ਹੈ, ਅਸੀਂ ਇਹਨੂੰ ਸੇਫਲੀ ਇੱਥੋਂ ਪਿੱਕ ਕਰਕੇ ਅਤੇ ਡਿਸਪੋਜ਼ਲ ਵਾਲੀ ਜਗ੍ਹਾ 'ਤੇ ਲੈ ਜਾਵਾਂਗੇ। ਬਾਕੀ ਹੈਂਡ ਓਵਰ 'ਤੇ ਸਾਡੇ ਨਾਲ ਜੁਆਇੰਟ ਟੀਮ ਵਰਕ ਕਰ ਰਹੀਆਂ ਹੈਗੀਆਂ ਨੇ ਏਅਰਫੋਰਸਿਸ ਦੀਆਂ, ਅਤੇ ਉਹ ਇਹਨੂੰ ਅੱਗੇ ਸੇਫਲੀ ਇਹਦਾ ਨਿਊਟਰਲਾਈਜ਼ ਕਰ ਦੇਣਗੀਆਂ।